ਐਮ ਚੱਲ ਜਾ ਜਦ ਕਰ ਰੇਟ ਨਹੀਂ ਪੈਂਦੀ ਜਦ ਹਾਂ ਨਿੱਕ ਜੇ ਤਾਂ ਮਿਲਣੀ ਬੈਗ ਵਾਲੇ ਨੇ ਜਲਦੀ ਬਾਹਰ ਕਰ ਦੇਣਾ ਠੀਕ ਹੈ ਜੇ ਤੂੰ ਉਰੀ ਟੱਚ ਖਾ ਲੂਗਾ ਨਾ ਉਰੀ ਟੱਚ ਖਾਊਗਾ ਰੇਟਲ ਦੇਗਾ ਕਿੰਨੀ ਜਗ੍ਹਾ ਮਿਲ ਜੇ ਕਿਸੇ ਮੈਂ ਗੋੜਦਾ ਸੈਕਿੰਡ ਮੈਂ ਚੱਲ 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 चलिए चले मच्छर रे चलो खड़ो फिर छे फटाफट छे खड़ो तो कड़े 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 छे छे खड़ो यार छे रेटर बाहर रेटर की स्किल करा रहे हैं रेटर की समझे रेटर अगे इतने मारे करना ठीक है हमेशा याद तो पा लो कि अहे मारना करते पूरा बाबा बाहर ठीक है पर तुमने देखो कि मारना ठीक है वो पूरा कोर्न को पूरा भज गया नाले बाहर हत्ता नाल ठीक है पूरे कर बहुत क्या पक्का ही बाहर होगा पक्का ठीक है थोड़ा अगे जाना पैना किधर गया पूरे वाहन में बैठने लगे निकल गए मैं बच्चे नहीं थोड़ा अगे जा बैक वाला भी तहीं लगूंगा जब तू क्रॉस कर दूंगा तो उधर कौन ही खड़ा फिर उठे मार के जगह लगी ये रेड पर आ पूरी पूरा पूरा लगी हां ये ठीक जगह इधर माना वैसे इधर इतना कैंट अटैक है ना ये इनके से लत लगदी नहीं ना नहीं मारनी ਮੈਕ ਮਾਰਨੀ ਅੱਗੇ ਜਾ ਕੇ ਮੈਕ ਮਾਰਨੀ ਸੁਣੋ ਜੇ ਲੱਤ ਨਾਲ ਲੱਗੇ ਨਾ ਕਦੀ ਉਹ ਤੁਹਾਡਾ ਕੰਮ ਹੈ ਉਹ ਇਨਕਲੂਡ ਕਰਨਾ ਹੈ ਓਏ ਕਿਆ ਨਾਮ ਹੈ ਜੇ ਇਹ ਲੱਤ ਨਾਲ ਲੱਗੇ ਅੱਗੇ ਕੋਰਨਰ ਦਿੱਤਾ ਪਰ ਇਹ ਤੁਹਾਡੀ ਹੁਣ ਉਹ ਹੈ ਨਾ ਕਿਉਂਕਿ ਬਾਹਰ ਹੈ ਨਾ ਇਹ ਲੱਤ ਮਾਰ ਨਹੀਂ ਲੱਗੀ ਲੱਗੀ ਫਿਰ ਤਾਂ ਬਾਹਰ ਆਣਾ ਜੇ ਨਹੀਂ ਲੱਗੀ ਨਾ ਅਗਲੇ ਦਿੱਤਾ 100% ਹੀ ਲੱਗ ਗਿਆ ਡਬਲ ਅਟੈਕ ਹੈ ਮੇਰਾ ਪੱਕਾ ਮਾਰਨਾ ਨਾ ਖੜੋ ਖੜੋ ਠੀਕ ਹੈ ਇਹ ਕਰਕੇ 100% ਲੱਗ ਗਿਆ ਪੱਕਾ ਲੱਭ ਬਹੁਤ ਜ਼ਰੂਰ ਤੇ ਦੁਕਾਨ ਦੀ ਫਿਰ ਐਸੀ ਸਿਚੁਏਸ਼ਨ ਮੁੱਕ ਨਾ ਪਰ ਮਾਸਟਰ ਤੁਸੀਂ ਕਰਨੀ ਸਕਿੱਲ ਮੈਂ ਇਨਕਲੂਡ ਕਰਕੇ ਆਪਣੀ ਰੇਡ ਮਾ ਹਾਂ ਵਧੀਆ ਤੇ ਪਤਾ ਕਿਉਂ ਦਿਖੀ ਹਟਿਆ ਤੂੰ ਵੀ ਤਾਂ ਉਹ ਸਟੋਰ ਮਾਰ ਤਾ ਲੱਤ ਮਾਰ ਕੇ ਉੱਥੇ ਖੜਾ ਰਹਿ ਗਿਆ ਲੱਤ ਨਹੀਂ ਲੱਗੀ ਫਰੰਟ ਦਾ ਸਿਰੇ ਦੇ ਦੋ ਨੂੰ ਬੈਕ ਇੱਕ ਮਾਰਨੀ ਪਿੱਛੇ ਵਾਲੇ ਦੇ रीच ठीक लग ਖਤਮ ਕਰ ਕੇ ਪੂਰੀ ਰੀਤ ਦੀ ਦੱਸਿਆ ਮਾਰ ਮਾਰ ਕੇ ਪੂਰਾ ਨਹੀਂ ਜਾਨ ਦਾ ਬਲੇਡ ਤਾਂ ਵਧੀਆ ਹੋ ਗਿਆ ਸਮਝੀ ਦੇ ਇਹ ਠੀਕ ਲੱਗ ਗਿਆ ਮਾਰ ਸਮਝੋ ਪੂਰਾ ਲੱਗ ਗਿਆ ਪੂਰਾ ਤੋਂ ਲੈ ਗਿਆ ਹਾਂ ਇੰਨਾ ਨਾ ਫੋਨ ਕਰ ਦੇਣਾ ਫਿਰ ਮਾਰ ਖਤਮ ਕਰਨਾ ਮਤਲਬ ਬਤਾ ਦੋ ਮੇਰੀ ਆ ਗਈ ਮੇਰੇ ਤੋਂ ਕੀ ਲੱਗਦਾ ਹੈ ਮੈਂ ਰਾਤ ਨੂੰ ਆਉਂਦੇ ਹੋਏ ਸਾਰਾ ਟੈਂਟ ਨਾ ਦਿੰਦੀ ਆ ਮੈਂ ਵੀ ਹਾਂ ਬਾਹਰ ਕਿਹਾ ਗਿਆ ਦੋ ਘੰਟੇ ਮੈਂ ਬਾਹਰ ਉੱਠਿਆ ਗਿਆ ਮੈਂ ਕਿਹਾ ਮੈਂ ਉੱਠਿਆ ਨਹੀਂ ਦਿੰਦੀ ਆ